ਕੈਨੇਡਾ ਵਿੱਚ ਸਿੱਖ ਜਥੇਬੰਦੀਆਂ ਨੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ 23 ਜੂਨ 1985 ਨੂੰ ਵਾਪਰੇ ਏਅਰ ਇੰਡੀਆ 182 ਜਹਾਜ਼ ਬੰਬ ਕਾਂਡ ਦੀ ਜਾਂਚ ਇੱਕ ਨਵੇਂ ਕਮਿਸ਼ਨ ਤੋਂ ਕਰਵਾਏ। 23 ਜੂਨ ਨੂੰ ਕਨਿਸ਼ਕ ਹਵਾਈ ਹਾਦਸਾ ਜਿਸ ਵਿੱਚ 329 ਲੋਕ ਮਾਰੇ ਗਏ ਸਨ ਉਸਦੀ 34ਵੀਂ ਬਰਸੀ ਵਾਲੇ ਦਿਨ ਜੁੜੀਆਂ ਸਿੱਖ ਜਥੇਬੰਦੀਆਂ ਨੇ ਟਰੂਡੋ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਤਿਹਾਸ ਦੇ ਪੰਨਿਆਂ ਵਿੱਚ ਇਤਿਹਾਸ ਬਣਦੇ ਜਾ ਰਹੇ ਇਸ ਹਾਦਸੇ ਦਾ ਅਸਲ ਸੱਚ ਦੁਨੀਆਂ ਦੇ ਸਾਹਮਣੇ ਆਉਣਾ ਚਾਹੀਦਾ ਅਤੇ ਇਹ ਤਾਂ ਹੀ ਸੰਭਵ ਹੈ ਕਿ ਜੇ ਕੈਨੇਡਾ ਸਰਕਾਰ ਇਸ ਕਨਿਸ਼ਕ ਹਵਾਈ ਜਹਾਜ਼ ਕਾਂਡ ਦੀ ਜਾਂਚ ਕਿਸੇ ਨਿਰਪੱਖ ਕਮਿਸ਼ਨ ਤੋਂ ਕਰਵਾਏ। ਕਨਿਸ਼ਕ ਹਵਾਈ ਹਾਦਸੇ ਦੀ ਯਾਦ ਵਿੱਚ ਹੰਬਰ ਬੇ ਪਾਰਕ ਵੈਸਟ ਵਿੱਚ ਬਣੇ ਮੈਮੋਰੀਅਲ ਵਿੱਚ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦੇਣ ਲਈ ਜੁੜੇ ਸਿੱਖ ਭਾਈਚਾਰੇ ਨੇ ਇਸ ਹਾਦਸੇ ਵਿੱਚ ਮਾਰੇ ਗਿਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਪੂਰੇ ਕੈਨੇਡਾ ਵਿੱਚ ਇਸ ਹਾਦਸੇ ਦੇ ਮ੍ਰਿਤਕਾਂ ਲਈ ਅਰਦਾਸ ਕੀਤੀ ਜਾ ਰਹੀ ਹੈ। ਯੂਨਾਈਟਿਡ ਫਰੰਟ ਆਫ ਸਿੱਖ ਵੱਲੋਂ ਇਸ ਮੁਤਲਕ ਇੱਕ ਲੈਟਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖਿਆ ਗਿਆ ਹੈ ਅਤੇ ਉਹਨਾਂ ਨੂੰ ਇਸ ਹਵਾਈ ਕਾਂਡ ਦੀ ਸਮਾਂਬੱਧ ਨਿਰਪੱਖ ਜਾਂਚ ਕਰਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਹਾਦਸੇ ਪਿਛਲੀਆਂ ਅਸਲ ਤਾਕਤਾਂ ਬੇਪਰਦਾ ਹੋ ਸਕਣ। ਯੂਨਾਈਟਿਡ ਫਰੰਟ ਆਫ ਸਿੱਖ ਦੇ ਸੁਖਮਿੰਦਰ ਸਿੰਘ ਹੰਸਰਾ ਮੁਤਾਬਕ ਉਹਨਾਂ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਿਆਸੀ ਸੁਭਾਅ ਦਾ ਹਿੱਸਾ ਹੀ ਬਣ ਚੁੱਕਾ ਹੈ ਕਿ ਕਿਸੇ ਹਾਦਸੇ ਲਈ ਮੌਕੇ ਦੀਆਂ ਸਰਕਾਰਾਂ ਚੁੱਪ ਵੱਟ ਲੈਂਦੀਆਂ ਨੇ ਅਤੇ ਆਪਣੀਆਂ ਗਲਤੀਆਂ ਤੇ ਪਰਦਾ ਪਾ ਲਿਆ ਜਾਂਦਾ ਹੈ ਤੇ ਇਸ਼ਾਰਾ ਕਮਾਗਾਟਾ ਮਾਰੂ ਹਾਦਸੇ ਵੱਲ ਕਰਦਿਆਂ ਕਿਹਾ ਕਿ ਫਿਰ 100 ਵਰ੍ਹਿਆਂ ਬਾਅਦ ਮੁਆਫੀਆਂ ਮੰਗੀਆਂ ਜਾਂਦੀਆਂ ਨੇ। ਫਰੰਟ ਵੱਲੋਂ ਅੱਗੇ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਹਾਦਸਿਆਂ ਦੇ ਜ਼ਖਮ ਤਾਂ ਹੀ ਭਰਨਗੇ ਜੇ ਅਸਲ ਤੱਥ ਸਾਹਮਣੇ ਲਿਆਂਦੇ ਜਾਣ, ਇਹਨਾਂ ਦੇ ਪਿੱਛੇ ਕੌਣ ਸੀ, ਫੰਡਿੰਗ ਕਿਸ ਨੇ ਕੀਤੀ ਅਤੇ ਕਿਸ ਨੇ ਹਾਦਸੇ ਕਰਵਾਏ। ਏਅਰ ਇੰਡੀਆ ਜਹਾਜ਼ ਵਿੱਚ ਬੰਬ ਧਮਾਕੇ ਦੀ ਜਾਂਚ ਫਿਲਹਾਲ ਦਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਹੀ ਕਰ ਰਹੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਲਾਜ਼ਮੀ ਹੈ ਕਿ ਇਹ ਹਾਦਸਾ ਬੰਬ ਕਾਂਡ ਦੀ ਜਾਂਚ ਲਈ ਨਵਾਂ ਕਮਿਸ਼ਨ ਤੈਨਾਤ ਕੀਤਾ ਜਾਵੇ। ਹੰਸਰਾ ਨੇ ਕਿਹਾ ਕਿ ਅਸੀਂ ਉਹਨਾਂ ਸਾਰੇ 329 ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ। ਇਹ ਤ੍ਰਾਸਦੀ ਨੇ ਸਾਨੂੰ ਵੀ ਪ੍ਰਭਾਵਿਤ ਕੀਤਾ ਹੈ। ਅਸੀਂ ਇਹ ਜਾਣਨ ਦੇ ਇੱਛੁੱਕ ਹਾਂ ਕਿ ਇਹ ਸੰਗੀਨ ਜੁਰਮ ਦੇ ਪਿੱਛੇ ਕੌਣ ਹੈ। ਇੱਥੇ ਜ਼ਿਕਰੇ ਖਾਸ ਹੈ ਕਿ ਕਨਿਸ਼ਕ ਬੰਬ ਕਾਂਡ 23 ਜੂਨ 1985 ਨੂੰ ਵਾਪਰਿਆ ਸੀ। ਏਅਰ ਇੰਡੀਆ ਦਾ ਇਹ ਹਵਾਈ ਜਹਾਜ਼ ਮਾਂਟਰੀਅਲ ਕੈਨੇਡਾ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਇਆ ਸੀ ਤੇ ਆਇਰਲੈਂਡ ਨੇੜੇ ਅਸਮਾਨ ਵਿੱਚ ਧਮਾਕੇ ਦਾ ਸ਼ਿਕਾਰ ਹੋ ਕੇ ਸਮੁੰਦਰ ਵਿੱਚ ਡਿੱਗ ਗਿਆ ਸੀ। ਕੈਨੇਡਾ ਦੀ ਇਹ ਸਭ ਤੋਂ ਭਿਆਨਕ ਅੱਤਵਾਦੀ ਵਾਰਦਾਤ ਵਿੱਚ 329 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤੇ ਭਾਰਤੀ ਸਨ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, USA ਦੀ PR ਵਾਸਤੇ ਇੱਕ ਲੀਗਲ ਤਰੀਕਾ ਅਵੇਲੇਬਲ ਹੈ। ਸਕਾਲਰਸ਼ਿਪਸ ਅਵੇਲੇਬਲ ਨੇ, ਸਟੂਡੈਂਟ ਲੋਨਸ ਅਵੇਲੇਬਲ ਨੇ, ਐਜੂਕੇਸ਼ਨ ਦੇ ਪਾਥਵੇਜ਼ ਅਵੇਲੇਬਲ ਨੇ। ਰਾਈਟ ਐਜੂਕੇਸ਼ਨ ਦੇ ਨਾਲ ਇਨ ਮੁਲਕਾਂ ਵਿੱਚ ਸਹੀ ਤਰੀਕੇ ਨਾਲ ਸੈਟਲ ਹੋਣਾ ਬਹੁਤ ਆਸਾਨ ਹੈ। PR ਵੀ ਕੋਈ ਔਖੀ ਨਹੀਂ ਜੇ ਠੀਕ ਕੋਰਸ ਚੁਣਿਆ ਹੋਵੇ, ਠੀਕ ਕੋਡ ਚੁਣਿਆ ਹੋਵੇ, ਠੀਕ ਨੌਕ ਚੁਣਿਆ ਹੋਵੇ, ਔਰ ਬਹੁਤ ਥੋੜ੍ਹੇ ਪੈਸਿਆਂ ਦੀ ਇਨਵੈਸਟਮੈਂਟ 'ਤੇ ਵੀ ਔਂਟਰਪ੍ਰੀਨਿਓਰ ਵੀਜ਼ਾ ਇਨਵੈਸਟਮੈਂਟ ਪ੍ਰੋਗਰਾਮ ਵਿੱਚ ਤੁਸੀਂ ਆਸਟ੍ਰੇਲੀਆ ਔਰ ਕੈਨੇਡਾ ਔਰ ਈਵਨ UK ਦੇ ਅੰਦਰ ਬਹੁਤ ਸਹੀ ਤਰੀਕੇ ਨਾਲ ਸੈਟਲ ਹੋ ਸਕਦੇ ਹੋ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।